ਸਿਰ ਕਾਲਜੀ ਤੁਸੀਂ ਪ੍ਰਾਈਮੇਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਕੀ ਕੀ ਗੱਲ ਹੋ ਵਾਪਰ ਰਿਹਾ ਦੇਸ਼ ਦੁਨੀਆ ਦੇ ਵਿੱਚ ਕੀ ਕੀ ਕੁਝ ਰਾਜਨੀਤਿਕ ਤੌਰ ਦੇ ਉੱਤੇ ਹੋ ਰਿਹਾ ਇਹਦੇ ਵਾਲੇ ਝਾਤ ਮਾਰਨ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਆ ਪੰਜਾਬ ਦੇ ਵਿੱਚ ਠੰਡ ਇੱਕਦਮ ਵਧ ਗਈ ਆ ਠੰਡ ਵਧਣ ਦੇ ਕਰਕੇ ਕਈ ਥਾਵਾਂ ਦੇ ਉੱਤੇ ਹਾਦਸੇ ਵੀ ਵਧ ਰਹੇ ਆ ਕਿਉਂਕਿ ਤਰੇਲ ਪੈ ਰਹੀ ਆ ਧੁੰਦ ਸਵੇਰ ਦੇ ਵੇਲੇ ਰਾਤ ਦੇ ਵੇਲੇ ਵਾਵਾ ਪੈਣ ਲੱਗ ਪਈ ਆ ਇਸ ਕਰਕੇ ਜਿਵੇਂ ਅਸੀਂ ਕੱਲ ਬੇਨਤੀ ਕੀਤੀ ਸੀ ਕਿ ਆਪਣੀ ਗੱਡੀ ਨੂੰ ਇਸ ਵੇਲੇ ਆਪਦੇ ਆਪ ਨੂੰ ਤੇ ਆਪਣਿਆਂ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵੇਲੇ ਜਦੋਂ ਧੁੰਦ ਦਾ ਕਹਿਰ ਲਗਾਤਾਰ ਵੱਧ ਰਿਹਾ ਧੁੰਦ ਹੋਰ ਸੰਘਣੀ ਹੋ ਜਾਣੀ ਆ ਉਹ ਦਿਨਾਂ ਦੇ ਵਿੱਚ ਤਾਂ ਫੇਰ ਇਹ ਕਹਿਰ ਹੋਰ ਵੱਧ ਸਕਦਾ ਹਾਲਤ ਹੈ ਇਸ ਕਰਕੇ ਬਚਾ ਦੇ ਵਿੱਚ ਬਚਾ ਗੱਡੀ ਚਲਾਉਣੀ ਸਾਡੀ ਮਜਬੂਰੀ ਹੋ ਸਕਦੀ ਹੈ ਡੇਰ ਸਵੇਰ ਸਫਰ ਕਰਨਾ ਸਾਡੀ ਮਜਬੂਰੀ ਹੋ ਸਕਦੀ ਹੈ ਪਰ ਬਚਣ ਦੀ ਜ਼ਿੰਮੇਵਾਰੀ ਵੀ ਸਾਨੂੰ ਨਿਭਾਉਣੀ ਪੈਣੀ ਆ ਸੋ ਅਣਗੈਲੀ ਦੇ ਨਾਲ ਗੱਡੀ ਬਿਲਕੁਲ ਨਾ ਚਲਾਈ ਜਾਵੇ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਅੰਦਰ ਮੀਂਹ ਕਣੀ ਦੀ ਸੰਭਾਵਨਾ ਤਾਂ ਕੋਈ ਨਹੀਂ ਪਰ ਅੱਜ ਦਿਨ ਦੇ ਵੇਲੇ ਬੱਦਲਵਾਈ ਕਈ ਥਾਵਾਂ ਦੇ ਉੱਤੇ ਰਹਿਣ ਦੇ ਅਸਾਰ ਨਜ਼ਰ ਆ ਰਹੇ ਜਿਵੇਂ ਕਿ ਲੰਘੇ ਕੱਲ ਵੀ ਕਈ ਥਾਵਾਂ ਦੇ ਉੱਤੇ ਬੱਦਲਵਾਈ ਰਹੀ ਹੈ ਸੂਰਜ ਦੀ ਟਿੱਕੀ ਚਮਕੀ ਨਹੀਂ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਚਮਕ ਰਹੀ ਸੀ ਪੰਜਾਬ ਦੇ ਵਿੱਚ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਰਾਜਨੀਤਿਕ ਪਲਟਕਾਂ ਨਾਲ ਸਬੰਧਤ ਮੈਂ ਅੱਗੇ ਵੀ ਬੜੀ ਵਾਰ ਬੇਨਤੀ ਕੀਤੀ ਆ ਅੱਜ ਫੇਰ ਉਹ ਗੱਲ ਕਰਨੀ ਬਣਦੀ ਆ ਅਸੀਂ ਗਿਰਗਟ ਨੂੰ ਐਵੇਂ ਬਦਨਾਮ ਕਰਤਾ ਕਿ ਇਹ ਜੀ ਮੌਕੇ ਦੇ ਮੁਤਾਬਕ ਰੰਗ ਬਦਲ ਲੈਂਦਾ ਇਹ ਦੇਖ ਕੇ ਕਦੇ ਕਿਹੜੇ ਰੰਗ ਦਾ ਹੋ ਜਾਂਦਾ ਕਦੇ ਕਿਹੜੇ ਰੰਗ ਦਾ ਹੋ ਜਾਂਦਾ ਕਦੇ ਕਦੇ ਗਿਰਗਟ ਵੀ ਹੱਸਦਾ ਹੋਣਾ ਤੇ ਸੋਚਦਾ ਹੋਣਾ ਮੈਨੂੰ ਐਵੇਂ ਬਦਨਾਮ ਕਰਤਾ ਲੀਡਰਾਂ ਦੇ ਵੱਲ ਵੇਖੀਏ ਤਾਂ ਮੇਰੇ ਨਾਲੋਂ ਛੇਤੀ ਰੰਗ ਬਦਲਦੇ ਆ ਮੇਰੇ ਨਾਲੋਂ ਗੂੜੇ ਰੰਗਾਂ ਦੇ ਵਿੱਚ ਹੁੰਦੇ ਆ ਤੇ ਗਿਰਗਟ ਨੂੰ ਉਦੋਂ ਮਾਣ ਹੁੰਦਾ ਹੋਊਗਾ ਵੀ ਭਾਈ ਮੈਂ ਤਾਂ ਪਿੱਛੇ ਰਹਿ ਗਿਆ ਇਹ ਲੀਡਰ ਅੱਗੇ ਨਿਕਲ ਗਏ ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਹੋਣਗੀਆਂ ਜਿ ਪੰਜਾਬ ਦੇ ਵਿੱਚ ਬਹੁਤ ਸਾਰੇ ਨੇਤਾਵਾਂ ਨੂੰ ਹੁਣ ਇਹ ਲੱਗਣ ਲੱਗ ਪਿਆ ਵੀ ਸਾਡੇ ਵਾਲੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੁਝ ਸੰਵਾਰ ਨਹੀਂ ਰਹੀ ਤੇ ਜੇਕਰ ਦੂਜੀ ਦੇ ਵਿੱਚ ਜਾਵਾਂਗੇ ਤਾਂ ਉੱਥੇ ਪੰਜਾਬ ਦਾ ਹਲਕੇ ਦਾ ਤੇ ਬਾਅਦ ਦੇ ਵਿੱਚ ਆਪਣਾ ਜਦ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਆਪਣਾ ਭਵਿੱਖ ਸੰਵਾਰ ਸਕਦਾ ਲੰਗੇਕਲ ਮਨਜਿੰਦਰ ਸਿੰਘ ਸਿਰਸਾ ਨਿੱਸਿੱਖਾਂ ਦੇ ਸਾਰੇ ਮਸਲੇ ਹੱਲ ਕਰਵਾਉਣ ਦੇ ਲਈ ਬੀਜੇਪੀ ਦਾ ਪੱਲਾ ਫੜ ਲਿਆ ਉਹ ਤਕੜੀ ਦੇ ਨਾਲ ਜੁੜੇ ਸੀ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਉਹ ਸੁਖਵੀਰ ਸਿੰਘ ਬਾਦਲ ਦੇ ਖਾਸ ਖਾਸ ਲੋਕਾਂ ਦੇ ਵਿੱਚੋਂ ਇੱਕ ਸੀ ਪਰ ਅਚਾਨਕ ਉਹਨਾਂ ਨੇ ਐਸੀ ਪਲਟੀ ਮਾਰੀ ਵੀ ਅਕਾਲੀ ਦਲ ਦੇ ਆਗੂ ਵੀ ਹੱਕੇ ਬੱਕੇ ਰਹਿ ਗਏ ਅਕਾਲੀ ਦਲ ਦੇ ਕੁਝ ਕਾਗੂਆਂ ਨੇ ਗੱਲ ਕਹੀ ਹੈ ਕਿ ਕੇਂਦਰ ਦੇ ਵੱਲੋਂ ਜਿਹੜੀ ਇਸ ਵਕਤ ਆਰੀ ਫੇਰੀ ਜਾ ਰਹੀ ਹੈ ਜਾਂ ਇਹਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਸਾਡੇ ਬੰਦੇ ਪੱਟਣ ਦੀਆਂ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਦੇ ਵੱਲੋਂ ਜਿਹੜੀ ਇਸ ਵਕਤ ਸਾਡੇ ਖਿਲਾਫ ਮੁਹਿੰਮ ਚਲਾਈ ਗਈ ਹੈ ਅੰਦਰ ਖਾਤੇ ਇਹ ਬਹੁਤ ਮੰਦਭਾਗੀ ਗੱਲ ਹੈ ਪਰ ਕੁਝ ਕ ਅਕਾਲੀ ਦਲ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਭਾਈ ਈਡੀ ਦਾ ਵੀ ਤਾਂ ਕੋ ਡਰ ਹੁੰਦਾ ਕਿਉਂਕਿ ਈਡੀਜੀ ਦੇ ਪਿੱਛੇ ਪੈ ਜੇ ਤਾਂ ਫਿਰ ਉਹਨੂੰ ਸੌਖੇ ਕਿਤੇ ਛੱਡਦੀ ਨਹੀਂ ਆਕਾਲੀ ਦਲ ਦੇ ਆਗੂਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਪਰ ਹੱਕੇ ਬੱਕੇ ਸੱਚੀ ਸਾਰੀ ਆ ਵੀ ਆ ਕੀ ਹੋ ਗਿਆ ਆ ਕਿਵੇਂ ਹੋ ਗਿਆ ਮਨਜਿੰਦਰ ਸਿੰਘ ਸਿਰਸਾ ਜਦੋਂ ਦੇ ਵੇਲੇ ਤਾਂ ਪਤਾ ਲੱਗਦਾ ਜੀ ਕਿ ਉਹ ਅਸਤੀਫਾ ਦਿੰਦੇ ਆ ਤੇ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਉਹ ਜੁਆਇਨਿੰਗ ਕਰ ਲੈਂਦੇ ਆ ਮਤਲਬ ਇਹ ਆ ਵੀ ਅੱਟੀ ਸੱਟੀ ਪਹਿਲਾਂ ਹੀ ਲੱਗੀ ਸੀ ਹੁਣ ਸਿਰਸਾ ਸਾਹਿਬ ਨੇ মিডিਏ ਦੇ ਮੋਹਰੇ ਆ ਕੇ ਜਿਹੜੀਆਂ ਗੱਲਾਂ ਕਹੀਆਂ ਮੈਂ ਥੋੜਾ ਜਿਹਾ ਹੈਰਾਨ ਜ਼ਰੂਰ ਹੋਇਆ ਉਹ ਕਹਿੰਦੇ ਵੀ ਸਿੱਖਾਂ ਦੇ ਸਾਰੇ ਮਸਲੇ ਹੱਲ ਹੋਣਗੇ ਸਿੱਖਾਂ ਦੇ ਪ੍ਰਤੀ ਪ੍ਰਧਾਨ ਮੰਤਰੀ ਸਾਹਿਬ ਦੀ ਬੀਜੇਪੀ ਦੀ ਸਖਰਲੀ ਲੀਡਰਸ਼ਿਪ ਦੀ ਬਹੁਤ ਸੁਲੱਖਣੀ ਸੋਚ ਹੈ ਉਹ ਕਹਿੰਦੇ ਗੁਰਦੁਆਰਾ ਡਾਗਮਾਰ ਸਾਹਿਬ ਗੁਰਦੁਆਰਾ ਗਿਆਨ ਗੋਦੜੀ ਤੇ ਬਹੁਤ ਸਾਰੇ ਹੋਰ ਗੁਰਦੁਆਰਾ ਸਹਾਬਾਨ ਦੇ ਮਸਲੇ ਸਾਰੇ ਹੱਲ ਹੋਣਗੇ ਉਹ ਕਹਿੰਦੇ ਵੀ ਮੈਂ ਪ੍ਰਭਾਵਿਤ ਬਹੁਤ ਹੋਇਆ ਜਦੋਂ ਮਿਲਿਆ ਸਖਰਲੀ ਲੀਡਰਸ਼ਿਪ ਨੂੰ ਉਹ ਸਿੱਖਾਂ ਦੇ ਬਾਰੇ ਇੰਨਾ ਪਿਆਰਾ ਤੇ ਨਿਆਰਾ ਸੋਚ ਲਈ ਹੈ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਪ੍ਰਚਾਰ ਕੀਤਾ ਤੇ ਕੰਮ ਵੀ ਕੀਤਾ ਇਹਦੇ ਵਿੱਚ ਕੋਈ ਦੋਰਾ ਨਹੀਂ ਜਦੋਂ ਆ 26 ਜਨਵਰੀ ਵਾਲਾ ਲਾਲ ਕਿਲੇ ਵਾਲਾ ਕਾਂਡ ਵਾਪਰਿਆ ਬਹੁਤ سارے ਕਿਸਾਨਾਂ ਉੱਤੇ ਪਰਚੇ ਦਰਜ ਹੋਏ ਪੁਲਿਸ ਨੇ ਫੜੋਫੜੀ ਕੀਤੀ ਜੇਲ੍ਹਾਂ ਚ ਗਏ ਬਹੁਤ ਕੁਝ ਹੋਇਆ ਇਹੋ ਜਿਹਾ ਜਿਹਦੇ ਬਾਰੇ ਆਪਾਂ ਸਮੇਂ-ਸਮੇਂ ਤੇ ਵੇਰਵੇ ਸਾਂਝੇ ਕਰਦੇ ਰਹੇ ਆ ਸਿਰਸਾ ਹੋਰਾਂ ਨੇ ਗੱਲ ਕਹੀ ਕਿ ਅਸੀਂ ਲੀਗਲ ਸਹੂਲਤਾਂ ਜਿਹੜੀਆਂ ਕਾਨੂੰਨੀ ਸੇਵਾਵਾਂ ਜਿਹੜੀਆਂ ਉਹ ਸਾਰਿਆਂ ਨੂੰ ਮੁਹੱਈਆ ਕਰਵਾ ਰਹੇ ਆ ਉਹਨਾਂ ਨੇ ਬਹੁਤ ਜ਼ਮਾਨਤਾ ਕਰਵਾਈਆਂ ਇਹ ਗੱਲ ਸੱਚੀ ਹੈ ਜਿਹੜੀ ਗੱਲ ਸੱਚੀ ਆ ਉਹਨੂੰ ਵੀ ਅਸੀਂ ਮੰਨਦੇ ਆ ਉਹਨਾਂ ਨੇ ਜ਼ਮਾਨਤਾ ਕਰਵਾਈਆਂ ਕਿਸਾਨਾਂ ਵਾਸਤੇ ਉਹਨੇ ਕੰਮ ਕੀਤਾ ਜਿਲ੍ਹਾਂ ਦੇ ਵਿੱਚੋਂ ਬਾਹਰ ਲੈ ਕੇ ਆਏ ਦੀਪ ਸਿੱਧੂ ਤੋਂ ਲੈ ਕੇ ਬਾਕੀ ਬਹੁਤ ਸਾਰੇ ਕਿਸਾਨਾਂ ਨੂੰ ਜਿਲ੍ਹਾਂ ਦੇ ਵਿੱਚੋਂ ਬਾਹਰ ਲਿਆਉਣ ਦੇ ਵਿੱਚ ਜ਼ਮਾਨਤਾ ਦਿਵਾਉਣ ਦੇ ਵਿੱਚ ਸਿਰਸਾ ਤੇ ਉਹਨਾਂ ਦੇ ਵਕੀਲਾਂ ਦੀ ਟੀਮ ਦਾ ਯੋਗਦਾਨ ਆ ਪਰ ਮੇਰੇ ਮਨ ਦੇ ਵਿੱਚ ਸਵਾਲ ਹੁਣ ਇਹ ਆਇਆ ਵੀ ਮਨਜਿੰਦਰ ਸਿੰਘ ਸਿਰਸਾ ਇਸ ਕਰਕੇ ਜਿਲ੍ਹਾਂ ਦੇ ਵਿੱਚੋਂ ਬਾਹਰ ਲੈ ਕੇ ਆਏ ਜ਼ਮਾਨਤ ਦੇ ਉੱਤੇ ਕਿਸਾਨਾਂ ਨੂੰ ਕਿਉਂਕਿ ਉਹ ਲਾਲ ਕਿਲੇ ਵਾਲੇ ਕਾਂਡ ਦੇ ਵਿੱਚ ਫਸਾ ਦਿੱਤੇ ਗਏ ਸੀ ਫਸਾਇਆ ਕਿਹਨੇ ਕਿਉਂਕਿ ਉਸ ਵਕਤ ਸਰਕਾਰ ਨੇ ਉੱਤੇ ਦੋਸ਼ ਲਗਾਇਆ ਵੀ ਉਹਨਾਂ ਨੇ ਗਲਤ ਤਰੀਕੇ ਨਾਲ ਗਾਈਡ ਕੀਤਾ ਰਾਹ ਰਸਤੇ ਜਿਹੜੇ ਉਹ ਗਲਤ ਵਿਖਾਤੇ ਕਿਸਾਨਾਂ ਨੂੰ ਕਿਸਾਨ ਦਿੱਲੀ ਦੇ ਬਾਡਰਾਂ ਦੇ ਉੱਤੇ ਕਿਉਂ ਗਏ ਕਿਉਂਕਿ ਕੇਂਦਰੀ ਸਰਕਾਰ ਦੇ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਤੇ ਜਿਨ੍ਹਾਂ ਨੇ ਖੇਤੀ ਕਾਨੂੰਨ ਲਿਆਂਦੇ ਤੇ ਜਿਨ੍ਹਾਂ ਦੇ ਸੰਤਾਪ ਦੇ ਕਰਕੇ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਦੇ ਉੱਤੇ ਬਾਡਰਾਂ ਦੇ ਉੱਤੇ ਸੌਣ ਦੇ ਲਈ ਮਜਬੂਰ ਹੋਏ ਤੇ ਉਹਨਾਂ ਹੀ ਕਿਸਾਨਾਂ ਨੂੰ ਪਰੇ ਕਰਕੇ ਤੇ ਸਿਰਸਾ ਸਾਹਿਬ ਉਸੇ ਪਾਰਟੀ ਨਾਲ ਜੁੜ ਗਏ ਤੇ ਫਿਰ ਜ਼ਮਾਨਤਾਂ ਵਾਲੀ ਗੱਲ ਦੇ ਉੱਤੇ ਮਾਨ ਕਰ ਗਏ ਜਾਂ ਹੁਣ ਵਾਲੀ ਗੱਲ ਦੇ ਉੱਤੇ ਸਵਾਲ ਖੜੇ ਕਰ ਗਏ। ਸੋ ਵਕਤ ਦੱਸੂਗਾ ਸਿਰਸਾ ਸਾਹਿਬ ਦਾ ਆਉਂਦਾ ਸਮਾਂ ਕੀ ਹੋ ਜਾ। ਰਾਜਨੀਤਿਕ ਤੌਰ ਦੇ ਉੱਤੇ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਤ ਫਿਰ ਕਰਾਂਗੇ ਟਿੱਪਣੀ। ਦਿੱਲੀ ਸੇ ਇੱਕ ਗੁਰਦੁਆਰਾ ਕਮੇਟੀ ਤੋਂ ਅਸਤੀਫਾ ਦੇ ਕੇ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ਅਚਾਨਕ ਭਾਜਪਾ ਦਾ ਪੱਲਾ ਫੜ ਲਿਆ। ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਭਾਜਪਾ ਦੇ ਵਿੱਚ ਦਾਖਲਾ ਲਿਆ। ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਪਾਰਟੀ ਦੇ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ਿਖਾਵਤ ਰਾਸ਼ਟਰੀ ਜਨਰਲ ਸਕੱਤਰ ਦੁਸ਼ੰਤ ਗੋਤਮ ਸਮੇਤ ਬਾਕੀ ਦੇ ਤਾਮਾ ਨੇ ਸਿਰਸਾ ਦਾ ਪਾਰਟੀ ਨੂੰ ਸੁਆਗਤ ਕੀਤਾ ਇਸ ਮੌਕੇ ਦੇ ਉੱਤੇ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਸਿਰਸਾ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਵੱਡਾ ਫਾਇਦਾ ਹੋਵੇਗਾ ਸਿਰਸਾ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਰਹ ਚੁੱਕੇ ਪਰਮਿੰਦਰ ਸਿੰਘ ਬਰਾੜ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਅਕਾਲੀ ਦਲ ਦੇ ਸਟੂਡੈਂਟ ਵਿੰਗ ਐਸਓਆਈ ਦੇ ਰਾਸ਼ਟਰੀ ਪ੍ਰਧਾਨ ਰਹ ਚੁੱਕੇ ਪਰਮਿੰਦਰ ਸਿੰਘ ਬਰਾੜ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਚ ਗਏ ਸਨ ਪਰ ਬੁੱਧਵਾਰ ਨੂੰ ਉਹਨਾਂ ਨੇ ਫੇਰ ਪਲਟੀ ਮਾਰਦੇ ਹੋਏ ਭਾਜਪਾ ਨੂੰ ਜੁਆ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਸਤੀਫੇ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਤੇ ਜਨਰਲ ਸਕੱਤਰ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਕਿ ਨਿੱਜੀ ਕਾਰਨਾਂ ਦੇ ਕਰਕੇ ਮੈਂ ਅਸਤੀਫਾ ਦੇ ਰਿਹਾ ਸਿਰਸਾ ਨੇ ਅਸਤੀਫੇ ਦੀ ਕਾਪੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤੀ ਸਿਰਸਾ ਨੇ ਕਿਹਾ ਕਿ ਉਹ ਆਪਣੇ ਨਾਲ ਕੰਮ ਕਰਨ ਵਾਲੇ ਸਾਰੇ ਮੈਂਬਰਾਂ ਅਧਿਕਾਰੀਆਂ ਤੇ ਹੋਰ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਪਵਿਖਤ ਦੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਨਹੀਂ ਲੜਦਗੇ ਪਰ ਆਪਣੇ ਭਾਈਚਾਰੇ ਰਾਸ਼ਟਰ ਤੇ ਮਨੁੱਖਤਾ ਦੀ ਸੇਵਾ ਦੇ ਲਈ ਪਹਿਲਾਂ ਵਾਂਗ ਹੀ ਯਤਨ ਕਰਦੇ ਰਹਿਣਗੇ ਮਨਜਿੰਦਰ ਸਿਰਸਾ ਦੇ ਇਸ ਤਰੀਕੇ ਨਾਲ ਪਲਟੀ ਮਾਰਨ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬੜੀ ਵੱਡੀ ਹਿਲਜੁਲ ਹੋਈ ਉਹਨਾਂ ਦਾ ਭਾਜਪਾ ਦੇ ਵਿੱਚ ਚਲੇ ਜਾਣਾ ਪੰਜਾਬ ਦੇ ਅਕਾਲੀ ਦਲ ਦੇ ਆਗੂਆਂ ਵਾਸਤੇ ਵੱਡਾ ਝਟਕਾ ਕਿਉਂਕਿ ਸਿਰਸਾ ਪਾਰਟੀ ਦੇ ਤੇ ਇਸ ਤਰਾਰ ਬੁਲਾ ਰਹੇ ਸਨ ਉਹਨਾਂ ਦੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਸਿੱਖ ਕੌਮ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬਹੁਤ ਵੱਡੀ ਛਾਪ ਪੰਜਾਬ ਵਿਧਾਨ ਸਭਾ ਚੋਣਾਂ ਸਿਰ ਦੇ ਉੱਤੇ ਨੇ ਤੇ ਸੋ ਇਸ ਮੌਕੇ ਦੇ ਉੱਤੇ ਜਾਣਾ ਕਈਆਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਇਹ ਆ ਜੇ ਤੁਹਾਨੂੰ ਚੇਤੇ ਹੋਵੇ ਤਾਂ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸਿੱਖ ਚਿਹਰਿਆਂ ਦੇ ਉੱਤੇ ਭਾਜਪਾ ਨੇ ਡੋਰੇ ਪਾਉਣੇ ਸ਼ੁਰੂ ਕੀਤੇ ਆ ਤੇ ਬਹੁਤ ਸਾਰੇ ਵੱਡੇ-ਵੱਡੇ ਚਿਹਰੇ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਬੜੇ ਮਾਣ ਦੇ ਨਾਲ ਸ਼ਾਮਲ ਹੋਣਗੇ ਤੇ ਇਹ ਨਾਂ ਵੀ ਉਸ ਲੜੀ ਦੇ ਵਿੱਚ ਇੱਕ ਹਾਲੇ ਇੱਕ ਯਕੀਨ ਹੋਰ ਕਰਿਓ ਬਹੁਤ ਵੱਡੇ ਵੱਡੇ ਚਿਹਰੇ ਹੋਰ ਵੀ ਆਉਣੇ ਬਾਕੀ ਆ ਜਿਹੜੇ ਕਿ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਸਿਰ ਕੱਢ ਦਿੱਤਾ ਉਹ ਭਾਜਪਾ ਦੇ ਵਿੱਚ ਆਉਣਗੇ ਜਾਂ ਫਿਰ ਜਦੋਂ ਸਮਾਂ ਆਇਆ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਉਦੋਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਨਾਲ ਜੁੜ ਕੇ ਤੇ ਚੋਣਾ ਲੜਨ ਦੀ ਤਿਆਰੀ ਜਿਹੜੀ ਹੁਣੇ ਅੰਦਰ ਖਾਤੇ ਕੀਤੀ ਜਾ ਰਹੀ ਆ ਇਹ ਬਹੁਤ ਕੁਝ ਹੋਣਾ ਹਾਲੇ ਬਾਕੀ ਆ ਪਰ ਮਨਜਿੰਦਰ ਸਿੰਘ ਸਿਰਸਾ ਦੀ ਕਿਹੜੀ ਗੱਲੋਂ ਮਨਮਟਾਬ ਵਾਲੀ ਗੱਲ ਸੀ ਉਹ ਕਿਹੜੇ ਕਾਰਨ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਇੰਨਾ ਨੇੜੇ ਰਹੇ ਪਰ ਫਿਰ ਅਚਾਨਕ ਅਕਾਲੀ ਦਲ ਨੂੰ ਛੱਡ ਜਾਂਦੇ ਆ ਇਹ ਕੋਈ ਮਜਬੂਰੀਆਂ ਸੀ ਇਹ ਕੋਈ ਹੋਰ ਅਹੁਦੇ ਦਾ ਲਾਲਚ ਆ ਇਹ ਕੋਈ ਨਿੱਜੀ ਗੱਲਾਂ ਸੀ ਜਿਹੜੀਆਂ ਕਿ ਨਸ਼ਰ ਨਹੀਂ ਕਦੇ ਹੋਈਆਂ ਪਰ ਭਾਜਪਾ ਦੇ ਵੱਲੋਂ ਜੋ ਧਮਾਕਾ ਕੀਤਾ ਗਿਆ ਇਹਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਸੁਣ ਵੀ ਕਰਕੇ ਰੱਖ ਦਿੱਤਾ ਭਾਵੇਂ ਕੋਈ ਵੀ ਇਹ ਗੱਲ ਕਵੇ ਵੀ ਕੋਈ ਫਰਕ ਨਹੀਂ ਪੈਂਦਾ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸੱਚੀ ਗੱਲ ਇਹ ਆ ਵੀ ਜਦੋਂ ਪਾਰਟੀ ਦਾ ਬੁਲਾਰਾ ਹੋਵੇ ਤੇ ਇਸ ਤਰ੍ਹਾਂ ਜਦੋਂ ਪਾਰਟੀ ਦੇ ਨਾਲ ਜੁੜਿਆ ਹੋਵੇ ਲੰਮੇ ਸਮੇਂ ਤੋਂ ਕੋਈ ਵੀ ਬੰਦਾ ਛੱਡ ਕੇ ਜਾਂਦਾ ਉਹਦੇ ਨਾਲ ਝਟਕਾ ਤਾਂ ਲੱਗਦਾ ਹੀ ਹੈ ਤੇ ਭਾਜਪਾ ਦੇ ਆਗੂ ਹੁਣ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਆ ਵੀ ਦੇਖਿਓ ਜੀ ਇੰਨਾ ਵਾਂਗੂ ਹੋਰ ਵੀ ਬੜੇ ਆਉਣਗੇ ਤੇ ਬਹੁਤ ਸਾਰੇ ਸਾਡੇ ਸੰਪਰਕ ਦੇ ਵਿੱਚ ਅਤੇ ਇਹ ਗੱਲ ਝੂਠੀ ਵੀ ਨਹੀਂ ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਤੇ ਭਾਵੇਂ ਕਿਸੇ ਹੋਰ ਸੂਬੇ ਦੇ ਨੇਤਾ ਹੋਣ ਉਹ ਹੁਣ ਪਲਟੀਆਂ ਮਾਰਨ ਵੇਲੇ ਪੰਜਾਬ ਦਾ ਬਹੁਤ ਸੋਚਣਗੇ ਸਿੱਖਾਂ ਦਾ ਬੜਾ ਸੋਚਣਗੇ ਕਿਸਾਨਾਂ ਬਾਰੇ ਬੜਾ ਸੋਚਣਗੇ ਉਹ ਇਹ ਗੱਲ ਭੁੱਲ ਜਾਣਗੇ ਕਿ ਅਤੀਤ ਨੂੰ ਸ਼ਾਇਦ ਮੇਰੇ ਨੂੰ ਲੋਕ ਚੇਤੇ ਰੱਖਦੇ ਆ ਫਿਸ਼ਲਨੀ ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਨੂੰ ਜੁਆਇਨ ਕੀਤਾ ਉਹ ਕਹਿੰਦੇ ਜੀ ਕਿ ਆਮ ਆदमी ਪਾਰਟੀ ਹੁਣ ਆਮ ਲੋਕਾਂ ਦੀ ਨਹੀਂ ਹੁਣ ਕਾਂਗਰਸ ਆਮ ਲੋਕਾਂ ਦੀ ਪਾਰਟੀ ਹੈ ਉਹ ਕਹਿੰਦੇ ਵੀ ਜੋ ਕੰਮ ਚੰਨੀ ਸਦੁੱਦੀ ਜੋੜੀ ਕਰਦੀ ਹੈ ਉਹ ਕਦੇ ਹੋ ਹੀ ਨਹੀਂ ਸਕਦੇ ਮੈਂ ਇਸ ਗੱਲ ਦੇ ਉੱਤੇ ਹੈਰਾਨ ਹ ਜਦੋਂ ਕੋਈ ਵੀ ਨੇਤਾ ਪਲਟੀ ਮਾਰਦਾ ਇਹ ਗੱਲ ਕਹਿੰਦਾ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਮੈਂ ਪਾਰਟੀ ਬਦਲਣ ਦਾ ਫੈਸਲਾ ਕੀਤਾ ਆਪਣੇ ਹਲਕੇ ਦੇ ਵਿਕਾਸ ਦੇ ਵਾਸਤੇ ਮੈਂ ਫੈਸਲਾ ਕੀਤਾ ਨਹੀਂ ਤਾਂ ਮੈਂ ਚਾਹਦਾ ਨਹੀਂ ਸੀ ਵੀ ਇਦਾਂ ਕਰਾਂ ਕਦੇ ਵੀ ਇਹੋ ਜੀ ਖਬਰ ਤੁਸੀਂ ਅਜ ਤੱਕ ਪੜ੍ਹੀ ਹੋਵੇ ਮੈਂ ਤਾਂ ਪੜ੍ਹੀ ਨਹੀਂ ਵੀ ਪਿੰਡਾਂ ਦੇ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਹਲਕਿਆਂ ਦੇ ਕੌਂਸਲਰਾਂ ਨੇ ਇਹ ਚਿੱਠੀਆਂ ਲਿਖੀਆਂ ਹੋਣ ਜਾਂ ਇਹੋ ਜੇ ਮਤੇ ਪਾਸ ਕਰਕੇ ਸਵੰਨਿਤ ਵਿਧਾਇਕ ਨੂੰ ਦਿੱਤੇ ਹੋਣ ਵੀ ਭਾਈ ਤੇਰੇ ਇਸ ਪਾਰਟੀ ਦੇ ਵਿੱਚ ਰਹਿਣ ਦੇ ਨਾਲ ਸਾਡੇ ਹਲਕੇ ਦਾ ਵਿਕਾਸ ਨਹੀਂ ਹੋਇਆ ਕਿਰਪਾ ਕਰਕੇ ਤੂੰ ਫਲਾਣੀ ਪਾਰਟੀ ਦੇ ਵਿੱਚ ਚਲਾ ਜਾ ਬਹਾਨਾ ਆਮ ਲੋਕਾਂ ਦਾ ਤੇ ਫਾਇਦਾ ਇਹਨਾਂ ਨੇ ਆਪਣਾ ਸੋਚਣਾ ਹੁੰਦਾ ਲੰਗੇ ਕੱਲ ਵੀ ਸੋਚਿਆ ਅੱਜ ਵੀ ਸੋਚ ਰਿਹਾ ਹਾਂ ਭਵਿੱਖ ਦੇ ਵਿੱਚ ਵੀ ਸੋਚਣਗੇ ਜਿਹੜੇ ਇਹਨਾਂ ਦੀ ਗੱਡੀ ਦੇ ਵਿੱਚ ਪੰਜ ਸੱਤ ਹੁੰਦੇ ਆ ਉਹੋ ਹੀ ਇਹਨਾਂ ਦਾ ਸੰਸਾਰ ਆ ਤੇ ਉਹਨਾਂ ਦੇ ਕਹਣੇ ਦੇ ਉੱਤੇ ਚੱਲਦੇ ਆ ਤੇ ਜਿਹੜੇ 50 ਕ ਜਾਣੇ ਪਿਛਲੇ ਪਾਸੇ ਖੜ ਕੇ ਨਾਹਰਾ ਲਾਉਂਦੇ ਹੁੰਦੇ ਆ ਤੇ ਜਾਂ ਇਹਨਾਂ ਦਾ ਸੰਸਾਰ ਉੱਥੋਂ ਤੱਕ ਸਿਮਟ ਕੇ ਰਹਿ ਜਾਂਦਾ ਪਰ ਮੈਂ ਨਹੀਂ ਕਦੇ ਵੇਖਿਆ ਵੀ ਕਿਸੇ ਹਲਕੇ ਦੇ ਕਾ ਹੋਵੇ ਵੀ ਸਾਡੀ ਪਾਰਟੀ ਦਾ ਵਿਧਾਇਕ ਸਾਡੀ ਪਾਰਟੀ ਦਾ ਐਮਪੀ ਇਸ ਪਾਰਟੀ ਨੂੰ ਛੱਡ ਕੇ ਫਲਾਣੀ ਦੇ ਵਿੱਚ ਜਾਵੇ ਇਹ ਇੱਕ ਬਹਾਨਾ ਕੀ ਇਹ ਸਿਰਫ ਓਨੇਕ ਲੋਕਾਂ ਦੀ ਵੋਟ ਹੁੰਦੀ ਆ ਜਿਹੜੇ ਲੋਕ ਮਗਰ ਖੜ ਕੇ ਨਾਰੇ ਲਾਉਂਦੇ ਹੁੰਦੇ ਆ ਜਾਂ ਜਦੋਂ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਆ ਕਿ ਇਹ ਲੋਕਾਂ ਦੀਆਂ ਸਮੁੱਚੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਵਾਲੀ ਗੱਲ ਆ ਸੋ ਬਹਾਨਾ ਕਿਸੇ ਦਾ ਜਿਵੇਂ ਕਹਿੰਦੇ ਹੁੰਦੇ ਸਿਆਣੇ ਪੱਜ ਕਿਸੇ ਦਾ ਰੱਜ ਕਿਸੇ ਦਾ ਸੋ ਉਹ ਕੁਝ ਚੱਲ ਰਿਹਾ ਬਹੁਤ ਕੁਝ ਹਾਲੇ ਹੋਣਾ ਬਾਕੀ ਆ ਮੇਰੀ ਪੰਜਾਬਗਾਂ ਨੂੰ ਬੇਨਤੀ ਇਹ ਆ ਬਈ ਗਾਲ ਦੁੱਪੜ ਦੀ ਵਰਤੋਂ ਤੋਂ ਬਚੋ ਆਪਾਂ ਫੇਸਬੁੱਕ ਤੇ ਗਾਲਾਂ ਕੱਢ ਕੱਢ ਕੇ ਬਹੁਤ ਨਿਕਲਾਬ ਲਿਆਂਦਾ ਜੇ ਗਾਲਾਂ ਦੇ ਨਾਲ ਕੁਝ ਸਮਰਦਾ ਹੁੰਦਾ ਸਮਾਜ ਦਾ ਸਭ ਤੋਂ ਪਹਿਲਾਂ ਪੰਜਾਬ ਦਾ ਸਮਰਨਾ ਸੀ ਕਿਉਂਕਿ ਅਸੀਂ ਗਾਲਾਂ ਕੱਢਣ 'ਚ ਬਹੁਤ ਮੁਹਾਰਤ ਰੱਖਦੇ ਹਾਂ ਪਰ ਤਹਿਜ਼ੀਬ ਦੇ ਨਾਲ ਤਰਕ ਦੇ ਨਾਲ ਸੰਜੀਦਗੀ ਦੇ ਨਾਲ ਸਵਾਲ ਕਰਨੇ ਸ਼ੁਰੂ ਕਰੋ ਨੇਤਾ ਤੁਹਾਡੇ ਮੂਰੇ ਠਹਿਰ ਨਹੀਂ ਸਕਣਗੇ ਉਹ ਗੱਡੀ ਦੇ ਵਿੱਚ ਬੈਠੇ ਵੀ ਝੰਜੋੜੇ ਜਾਣਗੇ ਵੀ ਯਾਰ ਆਹ ਸਵਾਲ ਹੋਇਆ ਸੀ ਹਾਲਾਂਕਿ ਮੈਨੂੰ ਰਖਤਾ ਐਤਕੀ ਸਵਾਲ ਕਰੋ ਹਾਲੇ ਵੀ 2.5 ਮਹੀਨੇ ਪਏ ਆ ਕੁਝ ਨਾ ਕੁਝ ਸੋਚੋ ਵਿਚਾਰੋ ਬੰਦੇ ਚੰਗੇ ਜਿਤਾਇਓ ਫੇਰ ਨਾ ਪਛਟਾਇਓ ਫੇਰ ਗਾਲਾਂ ਕੱਢੋਗੇ ਉਹਦਾ ਫਾਇਦਾ ਕੋਈ ਨਹੀਂ ਪੰਜਾਬ ਦੇ ਸਰਕਾਰੀ ਸਕੂਲਾਂਾਂ ਦੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਆਪਸ ਦੇ ਵਿੱਚ ਮੁਕਾਬਲਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਮਨੀਸ਼ ਸੋਧਿਆ ਹੋਰਾਂ ਨੇ 250 ਸਕੂਲਾਂ ਦੀ ਸੂਚੀ ਜਾਰੀ ਕਰਤੀ ਹੈ ਗੱਲ ਕਹੀ ਕਿ ਸਰਦਾਰ ਪ੍ਰਗਟ ਸਿੰਘ ਹੋਰੀ ਇੱਥੇ ਆਉਣ ਆਪਦੇ ਅਧਿਕਾਰੀ ਲੈ ਕੇ ਆ ਜਾਣ ਮੀਡੀਆ ਲੈ ਕੇ ਆਉਣ ਤੇ ਸਾਡੇ ਸਕੂਲ ਵੇਖ ਲੈਣ 250 ਸਕੂਲ ਦੀ ਪੰਜਾਬ ਦੀ ਉਹ ਸੂਚੀ ਜਾਰੀ ਕਰਨ ਅਸੀਂ ਇੱਥੇ ਆ ਕੇ ਚੈੱਕ ਕਰ ਲਾਂਗੇ ਦੋਵਾਂ ਸਕੂਲਾਂ ਦੀ ਜਿਹੜੀ ਯਾਨੀ ਕਿ ਦੋਨਾਂ ਸੂਬਿਆਂ ਦੇ ਸਕੂਲਾਂ ਦੀ ਜਦੋਂ ਅਸਲ ਸੂਚੀ ਸਾਹਮਣੇ ਆ ਗਈ ਇੱਕ ਦੂਜੇ ਦੇ ਸਕੂਲ ਚੈੱਕ ਕਰ ਲੈ ਤੇ ਬਾਅਦ ਦੇ ਵਿੱਚ ਅਸੀਂ ਬਹਿਸ ਕਰ ਲੈਣੀ ਹੈ ਉਸ ਤੋਂ ਬਾਅਦ ਪ੍ਰਗਟ ਸਿੰਘ ਹੋਰਾਂ ਨੇ ਗੱਲ ਕਹੀ ਵੀ ਨਹੀਂ ਤੁਸੀਂ ਤਾਂ ਇੱਕ ਨਿੱਕਾ ਜਿਹਾ ਸੂਬਾ ਨਿੱਕੀ ਜੀ ਸੂਬੇ ਚਲਾਉਨੇ ਆ ਨਿੱਕਾ ਜਿਹਾ ਸ਼ਹਿਰ ਆ ਮਿਊਂਸਪੈਲਟੀ ਵਰਗਾ ਅਸੀਂ ਇੱਕ ਵੱਡੇ ਸੂਬੇ ਨੂੰ ਚਲਾਉਨੇ ਆ ਦਿੱਲੀ ਨਾਲੋਂ ਕਈ ਗੁਣਾ ਵੱਡਾ ਸੂਬਾ ਤੇ ਦਿੱਲੀ ਦੇ ਨਾਲੋਂ ਕਈ ਗੁਣਾ ਵੱਧ ਸਕੂਲ ਪੰਜਾਬ ਦੇ ਵਿੱਚ ਹੈ ਇਸ ਕਰਕੇ ਤੁਹਾਡੇ ਨਾਲ ਸਾਡਾ ਕੀ ਮੁਕਾਬਲਾ ਸਾਡਾ ਸੂਬਾ ਸਰਹੱਦੀ ਆ ਇੱਥੇ ਬਹੁਤ ਸਾਰੇ ਜ਼ਿਲ੍ਹੇ ਸਰਹੱਦ ਦੇ ਉੱਤੇ ਆ ਪਾਕਿਸਤਾਨ ਨਾਲ ਲੱਗਦਾ ਤੇ ਇੱਥੇ ਕਦੇ ਸਕੂਲ ਬੰਦ ਕਰਨੇ ਪੈਂਦੇ ਆ ਕਦੇ ਖੁੱਲਣੇ ਪੈ ਜਾਂਦੇ ਆ ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਤੁਹਾਡੇ ਨਾਲ ਇਸ ਮਾਮਲੇ 'ਚ ਕੋਈ ਮੁਕਾਬਲਾ ਨਹੀਂ ਆ ਅਸੀਂ ਫੇਰ ਵੀ ਸਿੱਖਿਆ ਦਾ ਪੱਧਰ ਬਹੁਤ ਉੱਚਾ ਚੁੱਕਿਆ ਉਹਨਾਂ ਦੇ ਕਹਿਣ ਮੁਤਾਬਕ ਪਰ ਲੰਘੇ ਕੱਲ ਕਮਾਲ ਹੋ ਗਈ ਜਦੋਂ ਮਨੀਸ਼ ਸਿਸੋਦੀਆ ਹੋਰੀ ਆਪਣੇ ਕਾਫਲੇ ਦੇ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਗਏ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਗਏ ਸੱਚੀ ਮੁੱਚੀ ਦੁੱਖ ਹੋਇਆ ਉਹਨਾਂ ਫੋਟੋਆਂ ਨੂੰ ਉਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਵੀ ਹੋ ਸਕਦਾ ਹੁਣ ਵੀ ਕਿਸੇ ਕਲੀਨਿਕ ਦੀ ਮੁਹੱਲਾ ਕਲੀਨਿਕ ਦੀ ਤਸਵੀਰ ਆ ਜਿਹੜੀ ਉਹ ਪੰਜਾਬ ਕਾਂਗਰਸ ਦੇ ਕੁਝ ਲੋਕ ਆ ਜਿਹੜੇ ਉਹ ਖਿੱਚਵਾ ਕੇ ਤੇ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਤੇ ਇਹ ਗੱਲ ਕਹਿਣ ਵੀ ਆ ਕੋਈ ਮੁਹੱਲਾ ਕਲੀਨਿਕ ਹੁੰਦੇ ਆ ਇਹਦੇ ਵਿੱਚ ਫਰਸ਼ ਟੁੱਟੀ ਹੋਈ ਆ ਇਹਦੇ ਵਿੱਚ ਦਵਾਈਆਂ ਹੈ ਨਹੀਂ ਇਹਦੇ ਵਿੱਚ ਕੋਈ ਨਰਸ ਜਾਂ ਡਾਕਟਰ ਜਾਂ ਕੋਈ ਹੋਰ ਕਰਮਚਾਰੀ ਹੈ ਨਹੀਂ ਇਦਾਂ ਵੀ ਸੰਭਵ ਹੈਗਾ ਹੁਣ ਮੁਕਾਬਲਾ ਇਹੋ ਜਿਹਾ ਚੱਲ ਰਿਹਾ ਪਰ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਪੰਜਾਬ ਦੇ ਕੁਝ ਇੱਕ ਸਕੂਲਾਂ ਦੀਆਂ ਮਨ ਦੁਖੀ ਹੋਇਆ ਕੁੜੀਆਂ ਵਾਲਾ ਜਿਹੜਾ ਬਾਥਰੂਮ ਆ ਉਹ ਬਿਲਕੁਲ ਟੁੱਟਿਆ ਹੋਇਆ ਗੰਦੀ ਥਾਂ ਉੱਥੇ ਜਿੱਥੇ ਮਿੱਡੇ ਮੀਲ ਤਿਆਰ ਕੀਤਾ ਜਾ ਰਿਹਾ ਬੜੀ ਗੰਦੀ ਥਾਂ ਉੱਥੇ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਮਨੀਸ਼ ਸਸੋਦੀਆ ਹੋਰਾ ਨੇ ਸਾਂਝੀਆਂ ਕੀਤੀਆਂ ਤੇ ਪ੍ਰਗਟ ਸਿੰਘ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਆ ਉਹ ਕਹਿੰਦੇ ਵੀ ਦਿੱਲੀ ਦਾ ਵਿਕਾਸ ਮਾਡਲ ਪਾਣੀ ਦੇ ਬੁਲਬਲੇ ਵਰਗਾ ਦਿੱਲੀ ਦੇ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀ ਘਾਟ ਆ ਸੈਂਕੜੇ ਸਕੂਲਾਂ 'ਚ ਪ੍ਰਿੰਸੀਪਲ ਹੈ ਨਹੀਂ ਸੈਂਕੜੇ ਸਕੂਲਾਂ 'ਚ ਵਾਈਸ ਪ੍ਰਿੰਸੀਪਲ ਹੈ ਨਹੀਂ ਨਾਨ ਟੀਚਿੰਗ ਸਟਾਫ ਆ ਜਿਹੜਾ ਉਹਦੀ ਬਹੁਤ ਵੱਡੇ ਪੱਦਰ ਦੇ ਉੱਤੇ ਘਾਟ ਆ ਇਹ ਕਿਹੜੇ ਵਿਕਾਸ ਦੀ ਗੱਲ ਕਰਦੇ ਕਿਹੜਾ ਸਿੱਖਿਆ ਮਾਡਲ ਇਹਨਾਂ ਦਾ ਮਤਲਬ ਇਹ ਅਭੀ ਜ਼ੁਬਾਨੀ ਕਲਾਮੀ جنگ ਪਹਿਲਾਂ ਚੱਲਦੀ ਸੀ ਹੁਣ ਤੱਥਾਂ ਦੇ ਸਮੇਤ ਚੱਲਣ ਲੱਗ ਪਈ ਆ ਆਉਂਦੇ ਸਮੇਂ ਦੇ ਵਿੱਚ ਪ੍ਰਗਟ ਸਿੰਘ ਕਿਵੇਂ ਕਾਊਂਟਰ ਕਰਨਗੇ ਇਹਨਾਂ ਗੱਲਾਂ ਨੂੰ ਇਹ ਵਕਤ ਦੱਸੂਗਾ ਪਰਮਨੀਸ਼ ਸੋਧਿਆ ਨੇ ਤੇ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ ਵੀ ਅਸੀਂ ਤਾਂ ਅਸਲੀਅਤ ਸਾਹਮਣੇ ਲੈ ਕੇ ਆਂਦੀ ਹੈ ਇੱਕ ਮੈਨੂੰ ਜ਼ਾਤੀ ਤੌਰ ਦੇ ਉੱਤੇ ਗੱਲ ਮਾਰੀ ਲੱਗੀ ਆ ਕੱਲ ਚੰਨੀ ਸਾਹਿਬ ਨੇ ਗੱਲ ਕਹੀ ਆ ਕਿ ਕੇਜਰੀਵਾਲ ਤਾਂ ਕਾਲਾ ਅੰਗਰੇਜ਼ ਆ ਅਸੀਂ ਕਾਲੇ ਗੋਰੇ ਕਣਕ ਵਿੰਨੇ ਤੋਂ ਕੀ ਲੈਣਾ ਪੰਜਾਬ ਦੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਤੇ ਕੇਜਰੀਵਾਲ ਸਾਹਿਬ ਅੱਜ ਪੰਜਾਬ ਦੇ ਵਿੱਚ ਆਏ ਆ ਤੇ ਉਹਨਾਂ ਨੂੰ ਵੀ ਐਲਾਨ ਜੀਤ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਐਲਾਨ ਕਰਨ ਨੂੰ ਇੱਥੇ ਪੰਜਾਬ ਦੇ ਵਿੱਚ ਬਥੇਰੇ ਨੇਤਾ ਸੀ ਰੱਖੇ ਹੋਏ ਆ ਤੁਸੀਂ ਦਿੱਲੀ ਦੇ ਵਿੱਚੋਂ ਆਉਨੇ ਆ ਕੰਮ ਦੀ ਲਕਰਕੇ ਤਰਕ ਦੇ ਨਾਲ ਗੱਲ ਕਰਕੇ ਫੇਰ ਜਾਓ ਪਰ ਇੱਥੇ ਆ ਕੇ ਵੀ ਕੱਲੇ ਐਲਾ ਨਹੀਂ ਕਰਨੇ ਆ ਫਿਰ ਤਾਂ ਬਾਕੀ ਪਾਰਟਗਨ ਵਿੱਚ ਤਾਂ ਤੁਹਾਡੇ ਵਿੱਚ ਫਰਕ ਕੋਈ ਬਾਲਾ ਹੈ ਨਹੀਂਗਾ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਤੇ ਫੇਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ 3 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਸੱਤਾਧਾਰੀ ਕਾਂਗਰਸ ਪਾਰਟੀ ਦਰਮਿਆਨ ਸਕੂਲੀ ਸਿੱਖਿਆ ਦੇ ਪੱਦਰ ਨੂੰ ਲੈ ਕੇ ਸਿਆਸੀ ਖੰਸਾੜ ਮੱਚਿਆ ਹੋਇਆ ਬੁੱਧਵਾਰ ਨੂੰ ਦਿੱਲੀ ਦੇ ਡਿਪਟੀ ਸੀਐਮ ਤੇ ਸਿੱਖਿਆ ਮੰਤਰੀ ਬਨੀਸ਼ ਸੋਸੋਧਿਆ ਅਚਾਨਕ ਰੋਪੜ ਜ਼ਿਲ੍ਹੇ ਵਿੱਚ ਪਹੁੰਚ ਗਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ। ਸਿਸੋਧੀਆਂ ਨੇ ਇਨ੍ਹਾਂ ਸਕੂਲਾਂ ਦੀ ਹਾਲਤ ਦਾ ਲਾਈਵ ਟੈਲੀਕਾਸਟ ਵੀ ਸੋਸ਼ਲ ਮੀਡੀਆ ਤੇ ਕੀਤਾ। ਸਿਸੋਧੀਆਂ ਦੇ ਦੌਰੇ ਦਾ ਪਤਾ ਲੱਗਦੇ ਹੀ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਤਰਥੱਲੀ ਮਚ ਗਈ। ਰਾਸ਼ਟਰੀ ਪੱਤਰ ਦੇ ਉੱਤੇ ਸਕੂਲਾਂ ਦੀ ਪੋਲ ਖੁੱਲਦੀ ਹੋਈ ਦੇਖ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਯਾਨੀ ਕਿ ਡੀਈਓ ਦੇ ਜ਼ਰੀਏ ਰੋਪੜ ਦੇ ਸਾਰੇ ਸਰਕਾਰੀ ਸਕੂਲਾਂ ਨੇ ਮੁੱਖ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ। ਸਕੂਲ ਮੁਖੀਆਂ ਨੂੰ ਭੇਜੇ ਗਏ। زبانی আদেশের ਵਿੱਚ ਕਿਹਾ ਗਿਆ ਕਿ ਸਕੂਲ ਦੇ ਵਿੱਚ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਨਾ ਵੜਨ ਦਿੱਤਾ ਜਾਵੇ ਇਥੋਂ ਤੱਕ ਕਿ মিডিਆ ਨੂੰ ਵੀ ਕਿਸੇ ਤਰ੍ਹਾਂ ਦੀ ਕਵਰੇਜ ਨਾ ਕਰਨ ਦਿੱਤੀ ਜਾਵੇ ਸਿਰਫ ਪੰਜਾਬ ਸਰਕਾਰ ਜਾਂ এডਿਕੇਸ਼ਨ ਵਿਭਾਗ ਦੇ ਵੱਲੋਂ ਕੋਈ ਆਵੇ ਤਾਂ ਹੀ ਉਹਦਾ ਆਈਡੀ ਕਾਰਡ ਦੇਖ ਕੇ ਅੰਦਰ ਜਾਣ ਦਿੱਤਾ ਜਾਵੇ ਨਹੀਂ ਤਾਂ ਉਹਨੂੰ ਬਿਲਕੁਲ ਅੰਦਰ ਜਾਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ ਇਸ ਗੱਲ ਦੇ ਉੱਤੇ ਆਮ ਆदमी ਪਾਰਟੀ ਨੇ ਅੱਗੋਂ ਇਹ ਗੱਲ ਕਹੀ ਹੈ ਕਿ ਇਹ ਡਰ ਵੀ ਸਾਨੂੰ ਚੰਗਾ ਲੱਗਾ ਇਸ ਦਾ ਦੱਸਣਾ ਮੰਨਦਾ ਕਿ ਆਮ ਆदमी ਪਾਰਟੀ ਨੇ ਰੋਪੜ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਇਸ ਮੌਖਿਕ ਆਦੇਸ਼ ਦੀ ਆਡੀਓ ਰਿਕਾਰਡਿੰਗ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਹੈ ਇਹਦੇ ਵਿੱਚ ਰੋਪੜ ਦੇ ਜ਼ਿਲ੍ਹਾ ਸਿੱਖਿਆ ਅਫਸਰ ਕਿਸੇ ਨੂੰ ਵੀ ਸਕੂਲ ਦੇ ਵਿੱਚ ਨਾ ਘੁਸਣ ਦੇਣ ਦੀ ਗੱਲ ਕਹਿ ਰਹੇ ਨੇ ਮਨੀਸ਼ ਸੋਧਿਆ ਨੇ ਕਿਹਾ ਕਿ ਉਹ ਸੀਐਮ ਚੰਨੀ ਦੇ ਪਿੰਡ ਮਕਰੋਨਾ ਕਲਾਂ ਦੇ ਵਿੱਚ ਨੇ ਇੱਥੇ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦਾ ਸਰਕਾਰੀ ਸਕੂਲ ਹੈ ਇਹਨਾਂ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ ਇੱਕ ਅਧਿਆਪਕ ਹੈ ਜਿਦੀ ਤਨਖਾਹ 6000 ਰੁਪਏ ਅਮੀਨਾ ਪੰਚਾਇਤ ਨੇ ਇੱਥੇ ਇੱਕ ਸਹਾਇਕ ਲਾਇਆ ਹੋਇਆ ਜੇ ਅਸੀਂ ਇਹਨੂੰ ਨੰਬਰ 1 ਕਹਿੰਦੇ ਆ ਤਾਂ ਇੱਥੋਂ ਦੇ ਬੱਚਿਆਂ ਦੇ ਭਵਿੱਖ ਨਾਲ ਮਜ਼ਾਕ ਹੋ ਰਿਹਾ ਸਿਸੋਧਿਆ ਨੇ ਕਿਹਾ ਕਿ ਇੰਨੀ ਘੱਟ ਤਨਖਾਹ ਦੇ ਵਿੱਚ ਇੱਕ ਟੀਚਰ ਬੱਚਿਆਂ ਨੂੰ ਪੜ੍ਹਾ ਰਹੀ ਹੈ ਤਾਂ ਇਹਨੂੰ ਸਲੂਟ ਕਰਨਾ ਬਣਦਾ ਹੈ ਸਾਰੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਨੇ ਫਰਨੀਚਰ ਟੁੱਟਿਆ ਪਿਆ 스마트 ਕਲਾਸਰੂਮ ਦੇ ਨਾਂ ਦੇ ਉੱਤੇ ਸਿਰਫ ਇੱਕ ਟੀਵੀ ਲੱਗਿਆ ਜਿਹਦੀ ਸਵਿਚ ਗਾਇਬ ਹੈ ਕੰਪਿਊਟਰ ਕੋਨੇ ਦੇ ਵਿੱਚ ਪਏ ਹੋਏ ਨੇ ਸਿਸੋਧਿਆ ਨੇ ਦਿੱਲੀ ਤੇ ਪੰਜਾਬ ਦੇ ਐਜੂਕੇਸ਼ਨ ਮਾਡਲ ਦੀ ਡਿਬੇਟ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਤ ਸਿੰਘ ਦੇ ਉੱਤੇ ਤਨਜ਼ ਕੱਸਿਆ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਸਿੱਖਿਆ ਮੰਤਰੀ ਦੀ ਮਜਬੂਰੀ ਸਮਝਦਾ ਕਿ ਉਹਨਾਂ ਨੇ 250 ਸਕੂਲਾਂ ਦੀ ਸੂਚੀ ਕਿਉਂ ਨਹੀਂ ਦਿੱਤੀ ਇਹੋ ਜਿਹੇ ਸਕੂਲਾਂ ਦੀ ਉਹ ਕਿਹੜੀ ਸੂਚੀ ਦਿੰਦੇ ਸਿਸੋਧੀਆਂ ਤੋਂ ਇਲਾਵਾ ਇਸ ਵੇਲੇ ਸਮੁੱਚੀ ਆਮ ਆਦਮੀ ਪਾਰਟੀ ਕਿਰਨ ਦੇ ਵਿੱਚ ਕਾਂਗਰਸ ਦੀਆਂ ਵੱਖ-ਵੱਖ ਨੀਤੀਆਂ ਨੂੰ ਲੱਗੀ ਹੋਈ ਹੈ ਤੇ ਇਸ ਗੱਲ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਇੱਕ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਤੇ ਇਹ ਗੱਲ ਨੰਗੇ ਚਿੱਟੇ ਤੌਰ ਦੇ ਉੱਤੇ ਮੰਨ ਲੈਣੀ ਚਾਹੀਦੀ ਹੈ ਕਿ ਦਿੱਲੀ ਦੇ ਵਿੱਚ ਸਿਹਤ ਤੇ ਸਿੱਖਿਆ ਦੇ ਮਾਮਲੇ ਦੇ ਵਿੱਚ ਤਾਂ ਕੰਮ ਹੋਇਆ ਉਹਦੇ ਵੱਖੋ ਵੱਖਰੇ ਕਾਰਨ ਆ ਭਾਵੇਂ ਆਪਾਂ ਇਹ ਗੱਲ ਕਹਿ ਦਈਏ ਵੀ ਉਹ ਛੋਟਾ ਖੇਤਰਫਲ ਦੇ ਵਿੱਚ ਉੱਥੇ ਪ੍ਰਬੰਧ ਹੋਰ ਤਰ੍ਹਾਂ ਦੇ ਆ ਉੱਥੇ ਰੈਵਨਿਊ ਵੱਧਾ ਉੱਥੇ ਰੈਵਨਿਊ ਘਟਾ ਇਹ ਸਭ ਦੇ ਆਪੋ ਆਪਣੇ ਅੰਕੜੇ ਹੋ ਸਕਦੇ ਆ ਪਰ ਪੰਜਾਬ ਦੇ ਸਕੂਲਾਂ ਦੀ ਸਥਿਤੀ ਸਰਕਾਰੀ ਸਕੂਲਾਂ ਦੀ ਸਥਿਤੀ ਪੱਲ ਨਾਲੋਂ ਤਾਂ ਸੁਧਰੀ ਹੈ ਪਰ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਦਬਦਬਾ ਇੰਨਾ ਬਈ ਸਰਕਾਰੀ ਸਕੂਲਾਂ ਦੀ ਸ਼ਾਇਦ ਉਹਨਾਂ ਦੇ ਮੂਰੇ ਪੇਸ਼ ਵੀ ਕੋਈ ਨਾ ਚੱਲਦੀ ਹੋਵੇ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਸਰਕਾਰੀ ਸਕੂਲ ਪੀਆਰਟੀਸੀ ਦੀਆਂ ਬੱਸਾਂ ਵਰਗੇ ਕਿਵੇਂ ਬਣਿਆ ਪੀਆਰਟੀਸੀ ਦੀਆਂ ਬੱਸਾਂ ਘਾਟੇ 'ਚ ਜਾ ਰਹੀਆਂ ਇਹ ਅਦਾਰਾ ਘਾਟੇ ਦੇ ਵਿੱਚ ਆ ਹੁਣ ਵਿੜਿੰਗ ਸਾਹਿਬ ਨੇ ਥੋੜਾ ਜਿਹਾ ਕਮਤਾਰ ਨੂੰ ਖਿੱਚਿਆ ਪਰ ਦੇਖੋ ਨਾਲ ਜੇਕਰ ਗੱਲ ਕਰਦੇ ਉਹਨਾਂ ਰੂਟਾਂ ਦੇ ਉੱਤੇ ਹੀ ਚੱਲਦੀਆਂ ਨਿੱਜੀ ਬੱਸਾਂ ਜਿਹੜੀਆਂ ਨਿੱਜੀ ਕੰਪਨੀਆਂ ਦੀਆਂ ਉਹ ਮੁਨਾਫੇ ਦੇ ਵਿੱਚ ਆ ਉਹ ਬੱਸਾਂ ਲਗਾਤਾਰ ਵਧੀ ਜਾਂਦੀਆਂ ਪੀਆਰਟੀਸੀ ਦੀਆਂ ਘਟੀ ਜਾਂਦੀਆਂ ਓਵੇਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਨੇ ਲਗਾਤਾਰ ਘਟੀ ਜਾਂਦੇ ਆ ਪ੍ਰਾਈਵੇਟ ਸਕੂਲਾਂ 'ਚ ਵਧੀ ਜਾਂਦੇ ਆ ਇਹਦੇ ਪਿੱਛੇ ਕ ਪੰਜਾਬ ਦੇ ਸਰਕਾਰੀ ਸਕੂਲ ਲਗਾਤਾਰ ਮਾੜੇ ਹਾਲਾਤ ਦੇ ਵਿੱਚ ਹੈ ਤੇ ਨਿੱਜੀ ਸਕੂਲਾਂ ਦੀਆਂ ਬਿਲਡਿੰਗਾਂ ਲਗਾਤਾਰ ਉੱਚੀਆਂ ਤੋਂ ਉੱਚੀਆਂ ਤੋਂ ਉੱਚੀਆਂ ਹੋ ਰਹੀਆਂ ਨੇ ਇਹਦੇ ਪਿੱਛੇ ਕਾਰਨ ਕੀ ਆ ਮਿਲੀ ਭੁਗਤ ਬਹੁਤ ਸਾਰੇ ਵੱਡੇ ਸਕੂਲ ਪ੍ਰਾਈਵੇਟ ਇਹੋ ਜਿਹੇ ਆ ਜਿਨ੍ਹਾਂ ਦੇ ਪਿਛਲੇ ਪਾਸੇ ਕਈ ਵੱਡੇ ਵੱਡੇ ਨੇਤਾ ਕੰਮ ਕਰਦੇ ਜਿੱਥੇ ਹਫਤਾ ਵੀ ਆ ਤੇ ਕਈਆਂ ਦੀ ਹਿੱਸਾਪੱਤੀ ਵੀ ਉੱਥੇ ਹੈਗੀ ਆ ਪਰ ਉਹਨਾਂ ਗੱਲਾਂ ਨੂੰ ਵੀ ਅਸੀਂ ਪਰੇ ਕਰਦੇ ਆ ਪੰਜਾਬ ਦੇ ਸਿੱਖਿਆ ਤੇ ਸਿਹਤ ਢਾਂਚੇ ਨੂੰ ਜੇਕਰ ਦਰੁਸਤ ਕਰ ਲਿਆ ਜਾਵੇ ਤਾਂ ਅਦੋਬਦ ਮਸਲੇ ਹੱਲ ਹੋ ਜਾਣੇ ਆ ਸਿਰਫ ਇਹ ਗੱਲ ਕਹਿ ਲਈਏ ਵੀ ਭਾਈ ਕਿਸੇ ਨੂੰ ਵੀ ਅੰਦਰ ਨਹੀਂ ਵੜਨ ਦੇਣਾ ਕਿਉਂਕਿ ਕੋਰੋਨਾ ਦਾ ਨਵਾਂ ਵੇਰੀਐਂਟ ਆ ਰਿਹਾ ਕਿਤੇ ਬੱਚਿਆਂ ਨੂੰ ਕੋਈ ਨੁਕਸਾਨ ਹੀ ਨਾ ਪਹੁੰਚਾ ਜਾਣ ਜਿਹੜੇ ਇਹ ਆਏ ਆ ਛਾਪਾ ਮਾਰਨ ਜਾਂ ਸਕੂਲਾਂ ਦੀ ਚੈਕਿੰਗ ਕਰਨ ਇਹ ਤਾਂ ਹੋ ਗਈ ਇੱਕ ਬਹਾਨੇਬਾਜ਼ੀ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਸਕੂਲਾਂ ਦੇ ਉੱਤੇ ਕੱਲੀ ਕੂਚੀ ਫੇਰ ਕੇ ਸਮਾਰਟ ਸਕੂਲ ਲਿਖਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਸਕੂਲਾਂ ਦੇ ਵਿੱਚ ਅਧਿਆਪਕ ਵੀ ਪੂਰੇ ਹੋਣੇ ਚਾਹੀਦੇ ਆ ਗੁਸਲਖਾਨਿਆਂ ਦੀ ਹਾਲਤ ਵਧੀਆ ਹੋਣੀ ਚਾਹੀਦੀ ਆ ਫਰਨੀਚਰ ਵੀ ਸੋੜੇ ਹੋਣੇ ਚਾਹੀਦੇ ਆ ਕੰਪਿਊਟਰ ਵੀ ਹੋਣੇ ਚਾਹੀਦੇ ਆ ਉੱਥੇ ਸਾਰੇ ਸਹਾਇਕ ਵੀ ਹੋਣੇ ਚਾਹੀਦੇ ਆ ਪੀਣ ਵਾਲੇ ਪਾਣੀ ਦਾ ਸੋਹਣਾ ਪ੍ਰਬੰਧ ਵੀ ਹੋਣਾ ਚਾਹੀਦਾ ਖੇਡ ਮੈਦਾਨ ਵੀ ਸੁਚੱਜੇ ਹੋਣੇ ਚਾਹੀਦੇ ਆ ਸਾਈਕਲ ਸਕੂਟਰ ਖੜਾਉਣ ਦੇ ਲਈ ਸਟੈਂਡ ਵੀ ਹੋਣੇ ਚਾਹੀਦੇ ਆ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਮਨੋਰੰਜਨ ਵੀ ਖੇਡ ਗਤੀਵਿਧੀਆਂ ਦੇ ਰਾਹੀਂ ਪੜਾਈ ਦੇ ਪ੍ਰਬੰਧ ਵੀ ਹੋਣੇ ਚਾਹੀਦੇ ਆ ਤੇ ਜੇਕਰ ਇਹ ਸਾਰਾ ਕੁਝ ਹੋਊਗਾ ਤੇ ਫਿਰ ਭਾਵੇਂ ਕੋਈ ਅੱਧੀ ਰਾਤ ਨੂੰ ਆ ਕੇ ਛਾਪਾ ਮਾਰ ਲੇ ਤੇ ਭਾਵੇਂ ਦੁਪਹਿਰ ਵੇਲੇ ਆ ਜੇ ਫਿਰ ਸਾਨੂੰ ਕਿਸੇ ਕਿਸਮ ਦਾ ਕੋ ਡਰ ਡੁੱਕਰ ਨਹੀਂ ਹੋਣਾ ਕਿਉਂਕਿ ਸਾਨੂੰ ਪਤਾ ਹੋਊਗਾ ਵੀ ਸਾਰਾ ਕੁਝ ਸਹੀ ਹੈ ਇੱਥੇ ਪੰਜਾਬ ਦੇ ਕਿਸਾਨ ਆਗੂਆਂ ਨੇ ਲੰਘੇ ਕੱਲ ਇੱਕ ਸੋਹਣੀ ਗੱਲ ਕਹੀ ਐ ਸੁਲੱਖਣੀ ਗੱਲ ਕਹੀ ਐ ਇੱਕ ਮੀਟਿੰਗ ਕੀਤੀ ਹੈ ਪੰਜਾਬ ਦੇ ਕਿਸਾਨ ਆਗੂਆਂ ਨੇ ਇਹਦੇ ਵਿੱਚ ਇਸ ਗੱਲ ਦਾ ਫੈਸਲਾ ਕੀਤਾ ਗਿਆ ਕਿ ਅਸੀਂ ਹਾਲੇ ਬਾਡਰਾਂ ਤੋਂ ਵਾਪਸ ਨਹੀਂ ਆਵਾਂਗੇ ਇਹ ਗੱਲ ਕਹੀ ਹੈ ਕਿਸਾਨ ਆਗੂਆਂ ਨੇ ਵੀ ਅਸੀਂ ਜਿਹੜੀ ਚਿੱਠੀ ਲਿਖੀ ਆ ਪਿਛਲੇ ਦਿਨੀ ਪ੍ਰਧਾਨ ਮੰਤਰੀ ਦੇ ਨਾਂ ਉਹਦਾ ਜੇਕਰ ਤਰਕ ਦੇ ਨਾਲ ਉੱਤਰ ਆਉਂਦਾ ਤਾਂ ਅਸੀਂ ਸੋਚਾਂਗੇ ਵੈਸੇ 4 ਦਸੰਬਰ ਨੂੰ ਮੀਟਿੰਗ ਹੋਣੀ ਆ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵਾਪਸੀ ਦੇ ਚਾਲੇ ਪਾਉਣੇ ਆ ਜਾਂ ਰੁਕਣਾ ਜਾਂ ਕੀ ਕੀ ਗੱਲਾਂ ਹੋਰ ਹੋਣੀਆਂ ਚਾਹੀਦੀਆਂ ਇਹਦੇ ਉੱਤੇ ਚਰਚਾ ਕੀਤੀ ਜਾਣੀ ਆ ਕਿਉਂਕਿ ਇਸ ਤੋਂ ਪਹਿਲਾਂ ਖਬਰਾਂ ਇਹ ਆਈਆਂ ਸੀ ਅਸੀਂ ਵੀ ਖਬਰ ਸਾਂਝੀ ਕੀਤੀ ਸੀ ਲੰਘੇ ਕੱਲ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਫੈਸਲਾ ਕਰ ਲਿਆ ਜੀ ਕਿ ਹੁਣ ਆਪਾਂ ਇੱਥੋਂ ਸਮਾਂ ਸਿਮੇਟ ਕੇ ਤੇ ਚੱਲ ਗਏ ਕਿਉਂਕਿ ਇੱਥੇ ਮਸਲੇ ਹੱਲ ਲਗਪਗ ਹੋ ਚੁੱਕੇ ਆ ਰਕੇਸ਼ਟ ਕੈਤ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਰਕਾਰ ਨੇ ਐਮਐਸਪੀ ਦੇ ਉੱਤੇ ਕਮੇਟੀ ਬਣਾਉਣ ਦੇ ਮਾਮਲੇ ਦੇ ਉੱਤੇ ਪੰਜ ਕਿਸਾਨ ਆਗੂਆਂ ਦੇ ਨਾਂ ਸਾਨੂੰ ਸੌਂਪੇ ਜਾਣ ਇਹਦੇ ਉੱਤੇ ਇੱਕ ਪਤਾ ਖੇੜਿਆ ਕਿਸਾਨਾਂ ਨੂੰ ਤੋੜਨ ਦੇ ਲਈ ਕਿਸਾਨਾਂ ਦੇ ਵਿੱਚ ਵਿੱਥਾਂ ਪਾਉਣ ਦੇ ਲਈ ਕਿਸਾਨਾਂ ਵਿੱਚ ਦੂਰੀਆਂ ਵਧਾਉਣ ਦੇ ਲਈ ਤੇ ਕਿਸਾਨੀ ਦਾ ਮਜ਼ਾਕ ਓਡੇ ਉਹਦੇ ਵੱਲੋਂ ਇਹ ਆਖਰੀ ਕੋਸ਼ਿਸ਼ ਕੀਤੀ ਗਈ ਹੈ ਤੇ ਕੈਤ ਖੁਰਾ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਜਾਣਾ ਵੀ ਇਕੱਠੇ ਚਾਹੀਦਾ ਜੇਕਰ ਅਸੀਂ ਆਏ ਇਕੱਠੇ ਸਾਂ ਤੇ ਇਹਦੇ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਵੀ ਹਾਂ ਇਹ ਵਕਰੀ ਗੱਲ ਹੈ ਵੀ ਕਈ ਕਿਸਾਨ ਆਗੂਆਂ ਦੀ ਪੋਲੀਟਿਕਲ ਅਪਰੋਚ ਵੀ ਹੋਊਗੀ ਉਹਨਾਂ ਦੀ ਸੋਚ ਵੀ ਹੋਊਗੀ ਤੇ ਕੈਤ ਸਾਹਿਬ ਦੀ ਵੀ ਹੋ ਸਕਦੀ ਹੈ ਚੜੂਨੀ ਸਾਹਿਬ ਤਾਂ ਕਹਿੰਦੇ ਨੰਗੇ ਚਿੱਟੇ ਤੌਰ ਤੇ ਅਸੀਂ ਪੰਜਾਬ ਦੇ ਹਰ ਹਲਕੇ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਾਂਗੇ ਤੇ ਕਰ ਵੀ ਦਿੱਤੇ ਆ ਪਰ ਪੰਜਾਬ ਦੇ ਕਈ ਕਿਸਾਨ ਆਗੂ ਵੀ ਹੁਣ ਚੋਣਾਂ ਲੜਨ ਦੇ ਹੱਕ ਦੇ ਵਿੱਚ ਆ ਚੋਣ ਲੜੋ ਜੀ ਸਦਕੇ ਲੜੋ ਬਹੁਤ ਚੰਗੀ ਗੱਲ ਆ ਸਭ ਨੂੰ ਚੋਣ ਮਰਜ਼ੀ ਹੈ ਜਿਨੇ ਜਿਹਨੂੰ ਵੀ ਵੋਟ ਪਾਉਣੀ ਆ ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਇਹ ਨਾ ਹੋਵੇ ਕਿਤੇ ਆਪਾਂ ਮੌਜੂ ਬਣਾ ਕੇ ਬਹਿ ਜਾਈਏ ਕਿਉਂਕਿ ਜਦੋਂ ਪੰਜਾਬ ਤੁਰਿਆ ਤੇ ਬਾਅਦ ਦੇ ਵਿੱਚ ਬਾਕੀ ਸੂਬੇ ਵੀ ਤੁਰੇ ਜੇ ਅੱਜ ਮੰਨ ਲਓ ਹਰਿਆਣਾ ਉੱਤਰਾਖੰਡ ਰਾਜਸਥਾਨ ਜਾਂ ਯੂਪੀ ਪਿੱਠ ਦਿਖਾ ਕੇ ਚਲੇ ਜਾਣ ਵੀ ਭਾਈ ਸਾਡੇ ਤਾਂ ਮਸਲੇ ਹੱਲ ਹੋ ਗਏ ਹੁਣ ਇਕੱਲੇ ਪੰਜਾਬ ਦੇ ਰਹਿ ਗਏ ਆ ਤੇ ਫਿਰ ਵੀ ਮਾੜੀ ਗੱਲ ਆ ਸੋ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਵੀ ਸਾਥ ਦੇਣਾ ਚਾਹੀਦਾ ਇਹ ਸੋਸ਼ਲ ਮੀਡੀਆ ਤੇ ਵੀ ਗੱਲਾਂ ਚੱਲੀਆਂ ਤੇ ਉਦਾਂ ਵੀ ਮੰਨਦੇ ਬਲਵਲੇ ਦੇ ਰੂਪ ਦੇ ਵਿੱਚ ਐ ਕਿਉਂਕਿ ਜੇਕਰ ਆਪਾਂ ਸਾਰੇ ਇੱਕ ਸਰਕਾਰ ਦੇ ਖਿਲਾਫ ਲੜਾਈ ਲੜਦੇ ਰਹੇ ਆ ਤੇ ਹੁਣ ਵੀ ਸਾਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਕੱਲ ਨੂੰ ਇਹ ਨਾ ਹੋਵੇ ਕਿ ਉਹਨਾਂ ਦਾ ਮਸਲਾ ਹੱਲ ਹੋ ਗਿਆ ਤੇ ਨਿਕਲ ਗਏ ਸਾਨੂੰ ਇੱਥੇ ਫਸਾ ਕੇ ਰੱਖ ਗਏ ਇਸ ਵਕਤ ਇਕਤਾ ਦਾ ਪ੍ਰਗਟਾਵਾ ਬਹੁਤ ਵੱਡੇ ਪੱਧਰ ਤੇ ਕਰਨੀ ਲੋੜ ਐ ਜਿੱਤੀ ਗਏ ਆ ਅਧੂਰੀ ਮਾੜੀ ਦੀ ਗੱਲ ਰਹਿ ਗਈ ਹੁਣ ਉਹ ਵੀ ਪੂਰੀ ਹੋ ਜਾਣੀ ਐ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਰੋ ਤੱਕ ਲਈ ਆਗਾ ਦਿਓ ਬਹੁਤ ਬਹੁਤ ਮਿਹਰਬਾਦੀ